ਸੋਚ ਕੇ ਦੇਖੋ ਵੀ ਜੇ ਉਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਅੱਜ ਹੁੰਦੇ ਤਾਂ ਕਹਿੰਦੇ ਉਹਨਾਂ ਨੇ ਤਾਂ ਮੁੜ ਕੇ ਕੁਰਸੀ ਦੇ ਉੱਪਰ ਬਿਠਾ ਕੇ ਉਸ ਬੰਦੇ ਨੂੰ ਅੱਗ ਲਾ ਦੇਣੀ ਸੀ ਜਿਹਨੇ ਗੁਰੂ ਘਰ ਦੇ ਵਿੱਚ ਕੁਰਸੀ ਰੱਖਣ ਦੀ ਹਰਕਤ ਕੀਤੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਤਹਿ ਦਿਲ ਤੋਂ ਧੰਨਵਾਦ ਹੈ ਜਿਹੜੇ ਵੀਰ ਭੈਣਾਂ ਸਾਡੇ ਫੇਸਬੁੱਕ ਅਤੇ ਯੂਟਿਊਬ ਚੈਨਲ 'ਤੇ ਨਵੇਂ ਜੁੜੇ ਆ। ਅੱਜ ਦੀ ਵੀਡੀਓ ਹੈਗੀ ਆ ਜੀ ਖਾਲਸਾ ਬਹੀਰ ਬਾਰੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਾਰੇ। ਸਾਡੇ ਪਿੰਡਾਂ ਦੇ ਕੋਲ ਹੀ ਆ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ ਪਿੰਡ ਗਰਜਿਆਂ ਦੇ ਵਿੱਚ ਖਾਲਸਾ ਬਹੀਰ ਦਾ ਜਿਹੜਾ ਪੜਾਅ ਸੀਗਾ ਇੱਕ, ਅਤੇ ਉੱਥੇ ਰਾਤ ਦੇ ਦੀਵਾਨ ਸੀਗੇ ਅਤੇ ਮੈਂ ਵੀ ਸੋਚਿਆ ਕਿ ਚਲੋ ਆਪਾਂ ਦੀਵਾਨ ਦੇਖ ਕੇ ਆਉਂਦੇ ਹਾਂ। ਅਤੇ ਇਹ ਸਾਰੀ ਵੀਡੀਓ ਹੈਗੀ ਆ ਖਾਲਸਾ ਬਹੀਰ 'ਚ ਜਾ ਕੇ ਦੀਵਾਨ ਦੇਖਣ ਤੋਂ ਜਿਹੜਾ ਬਾਅਦ ਜੋ ਮੇਰਾ ਐਕਸਪੀਰੀਅੰਸ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਅਤੇ ਮੈਂ ਇਹ ਵੀ ਚਾਹੂੰਗਾ ਕਿ ਜੇ ਹੋਰ ਵੀ ਕਿਸੇ ਵੀਰ ਭੈਣ ਨੇ ਖਾਲਸਾ ਬਹੀਰ ਦੇ ਵਿੱਚ ਸ਼ਿਰਕਤ ਕੀਤੀ ਆ ਉਹ ਵੀ ਆਪਣੇ ਜਿਹੜੇ ਐਕਸਪੀਰੀਅੰਸ ਆ ਉਹ ਇੰਟਰਨੈਟ 'ਤੇ ਜ਼ਰੂਰ ਲਿਖ ਕੇ ਪਾਓ, ਬੋਲ ਕੇ ਪਾਓ, ਵੀਡੀਓ ਬਣਾ ਕੇ ਪਾਓ। ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਐਕਸਪੀਰੀਅੰਸ ਆ ਜਿਹੜੇ ਉਹਨਾਂ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਜਿਹੜੀ ਸੰਗਤ ਆ ਹੋਰ ਵੀ ਦੁਨੀਆ ਤੱਕ ਇਹ ਮੈਸੇਜ ਜਾ ਸਕੇ। ਅਤੇ ਅਸੀਂ ਜੀ 8:30 ਅਸੀਂ ਤੁਰੇ ਅਤੇ 8:30 ਅਸੀਂ ਪਹੁੰਚ ਗਏ। ਦਰਅਸਲ ਉੱਥੇ ਜਦੋਂ ਪਹਿਲਾਂ ਬੋਰਡ 'ਤੇ ਟਾਈਮ ਦੇਖਿਆ, ਬਾਹਰ ਬੋਰਡ ਲੱਗਾ ਸੀ ਰੋਡ ਦੇ ਉੱਪਰ ਵੀ 4 ਤੋਂ ਲੈ ਕੇ 8 ਤੱਕ ਦਾ ਦੀਵਾਨ ਦਾ ਟਾਈਮ ਆ, ਮੈਂ ਕਿਹਾ ਯਾਰ ਆਪਾਂ ਲੇਟ ਹੋ ਗਏ ਹੈ ਨਾ। ਅਤੇ ਚਲੋ ਅਸੀਂ ਫਿਰ ਅੱਗੇ ਚੱਲ ਗਿਆ ਜਿੱਥੇ ਦੀਵਾਨ ਸੀਗਾ, ਪਰ ਦੀਵਾਨ ਹਲੇ ਉਸੇ ਤਰ੍ਹਾਂ ਸਜਾਇਆ ਹੋਇਆ ਸੀਗਾ। ਅਤੇ ਸਭ ਤੋਂ ਪਹਿਲਾਂ ਅਸੀਂ ਗੱਡੀ ਪਾਰ ਕਰਕੇ ਜਦੋਂ ਦੀਵਾਨ ਹਾਲ ਵੱਲ ਗਏ ਅਤੇ ਬਾਹਰ ਜੋੜੇ ਜਮ੍ਹਾਂ ਕਰਾਏ, ਅਤੇ ਜੋੜੇ ਜਮ੍ਹਾਂ ਕਰਾ ਕੇ ਨਾਲੇ ਜਿੱਥੇ ਐਂਟਰੈਂਸ ਹੋਣ ਲਈ ਜਗ੍ਹਾ ਆ ਤਾਂ ਉੱਥੇ ਪੁਲਿਸ ਨੇ 2 ਸਕੈਨਿੰਗ ਮਸ਼ੀਨਾਂ ਲਾਈਆਂ ਹੋਈਆਂ ਸੀ ਵੀ ਜਿਹੜਾ ਵੀ ਕੋਈ ਵੀ ਆਉਂਦਾ ਆ ਉਹ ਸਕੈਨ ਹੋ ਕੇ ਅਤੇ ਉਹ ਅੰਦਰ ਜਾਵੇ, ਹੈ ਨਾ। ਅਸੀਂ ਉਹ ਜੋੜੇ ਜਮ੍ਹਾਂ ਕਰਾਏ ਅਤੇ ਸਕੈਨਿੰਗ ਮਸ਼ੀਨ ਦੇ ਲੰਘੇ, ਨਾਲ ਹੀ ਇੱਕ ਖੜਾ ਸੀ ਸਿੰਘ, ਉਹਨੇ ਕਿਹਾ ਵੀ ਭਾਈ ਸਾਹਿਬ ਆਪਣੇ ਹੱਥ ਸੁੱਚੇ ਕਰ ਲਓ। ਅਸੀਂ ਹੱਥ ਸੁੱਚੇ ਕੀਤੇ ਅਤੇ ਚਲੋ ਅੱਗੇ ਚਲ ਗਿਆ। ਅੱਗੇ ਜਾ ਕੇ ਮੇਨ ਐਂਟਰੈਂਸ ਸੀ ਜਿੱਥੇ ਦੀਵਾਨ ਨੂੰ ਮੇਨ ਐਂਟਰੈਂਸ 'ਤੇ ਪਹੁੰਚ ਗਿਆ। ਅਤੇ ਉੱਥੇ ਉਹਨਾਂ ਨੇ ਜਿੱਦਾਂ ਆਪਣਾ ਗੁਰੂ ਘਰਾਂ ਦੇ ਵਿੱਚ ਅੱਜ ਕੱਲ੍ਹ ਤਾਂ ਚਲੋ ਜਿਹੜੇ ਹੈਗੇ ਆ ਪੈਰ ਸੁੱਚੇ ਕਰਨ ਲਈ ਬਾਹਰ ਜਿਹੜੀ ਥੈਲ ਬਣਾਈ ਹੋਈ ਆ ਸਾਰੀ ਸੀਮੈਂਟ ਦੀ ਬਣਾਈ ਹੋਈ ਆ, ਹੈ ਨਾ, ਅਤੇ ਉਹ ਸੀਗੀ ਉਹ ਉਹਨਾਂ ਨੇ ਇੱਕ ਤਰ੍ਹਾਂ ਦੀ ਆਰਟੀਫਿਸ਼ਲ ਲੋਹੇ ਦੀ ਹੀ ਰੱਖੀ ਹੋਈ ਸੀਗੀ ਉਹ, ਅਤੇ ਉਹਦੇ ਵਿੱਚ ਪੈਰ ਸੁੱਚੇ ਕਰਕੇ ਸਾਰੇ ਅੰਦਰ ਜਾ ਰਹੇ ਸੀਗੇ। ਅਤੇ ਅਸੀਂ ਪੈਰ ਧੋਤੇ ਅਤੇ ਪੈਰ ਸੁੱਚੇ ਕਰਕੇ ਅੱਗੇ ਚਲੇ ਗਏ। ਅਤੇ ਅੱਗੇ ਜਿੱਦਾਂ ਹੀ ਐਂਟਰੈਂਸ ਹੋਏ ਹਾਂ ਤਾਂ ਮੇਨ ਡੋਰ ਦੇ ਉੱਪਰ ਇੱਕ ਸਿੰਘ ਖੜਾ, ਮੈਨੂੰ ਕਹਿੰਦਾ ਭਾਈ ਸਾਹਿਬ ਆਪਣੇ ਫੋਨ ਸਵਿੱਚ ਆਫ ਕਰ ਲਿਓ। ਮੈਂ ਕਿਹਾ ਠੀਕ ਹੈ ਬਾਬਾ ਜੀ, ਫਿਰ ਸਾਈਲੈਂਟ ਹੀ ਆ। ਕਹਿੰਦਾ ਸਾਈਲੈਂਟ ਨਹੀਂ, ਸਵਿੱਚ ਆਫ ਕਰ ਲਿਓ। ਕਹਿੰਦਾ ਜੇ ਤੁਹਾਡੇ ਫੋਨ ਦੀ ਲਾਈਟ ਜਗੀ ਤਾਂ ਕਹਿੰਦਾ ਸਮਝ ਲਓ ਵੀ ਫੋਨ ਤੁਹਾਡਾ ਸੇਵਾਦਾਰ ਦੀ ਜੇਬ 'ਚ ਗਿਆ। ਮੈਂ ਠੀਕ ਆ ਬਾਬਾ ਜੀ, ਆਪਾਂ ਨਹੀਂ ਚਲਾਉਂਦੇ। ਅਤੇ ਉਸ ਤੋਂ ਬਾਅਦ ਵਿੱਚ ਜਿੱਦਾਂ ਹੀ ਆਪਾਂ ਐਂਟਰੈਂਸ ਹੁੰਦੇ ਹਾਂ ਤਾਂ ਮੈਂ ਦੇਖਦਾ ਕਿ ਇੱਕ ਪੂਰੇ ਖੇਤ ਤੋਂ ਥੋੜ੍ਹਾ ਜਿਹਾ ਮਤਲਬ 6-7 ਕਨਾਲਾਂ ਦੇ ਵਿੱਚ ਟੈਂਟ ਲੱਗਾ ਹੋਇਆ। ਟੈਂਟ ਦੇ ਜਿਹੜੇ ਬਾਹਰਲੇ ਸਾਈਡ ਜਿਹੜੇ ਪਿੱਲਰ ਹੁੰਦੇ ਆ, ਜਿਹੜੇ ਪਾਈਪ ਗੱਡੇ ਹੁੰਦੇ ਆ ਜਿਨ੍ਹਾਂ ਨਾਲ ਮੇਨ ਆਪਣੇ ਪੱਲੇ ਬੰਨੇ ਹੁੰਦੇ ਆ, ਉਹ ਬਾਹਰਲੀ ਸਾਈਡ ਜਿੱਦਾਂ ਮਤਲਬ ਆਹ ਹੈਗਾ ਆ, ਇੱਧਰ ਅੰਦਰਲੇ ਪਾਸੇ ਹੈਗਾ ਆ ਟੈਂਟ ਮੇਨ, ਆਹ ਬਾਹਰਲੀ ਸਾਈਡ ਇੱਥੇ ਲਾਈਟਾਂ ਲੱਗੀਆਂ ਸੀਗੀਆਂ। ਮਤਲਬ ਜਿੱਥੇ ਜਿੱਥੇ ਬਾਹਰਲੀ ਸਾਈਡ ਚਾਰੇ ਪਾਸੇ ਲਾਈਟਾਂ ਲੱਗੀਆਂ ਸੀ, ਦੀਵਾਨ ਦੇ ਵਿੱਚ ਬਹੁਤ ਘੱਟ ਰੋਸ਼ਨੀ ਸੀ। ਬਾਹਰੋਂ ਲਾਈਟ ਆਉਂਦੀ ਸੀ ਬਟ ਇੰਨੀ ਰੋਸ਼ਨੀ ਨਹੀਂ ਸੀਗੀ, ਰੋਸ਼ਨੀ ਘੱਟ ਸੀਗੀ ਜਿੱਦਾਂ, ਹੈ ਨਾ। ਅਤੇ ਪਰ ਜਿੱਦਾਂ ਹੀ ਆਪਾਂ ਐਂਟਰ ਸੁਣਦੇ ਹਾਂ ਤਾਂ ਸਾਹਮਣੇ ਇੱਕ ਲਾਈਟ ਦਿਸਦੀ ਆ ਜਿਹੜੀ ਕਿ ਪਾਲਕੀ ਦੇ ਉੱਪਰ ਲੱਗੀ ਹੁੰਦੀ ਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਹੈ ਨਾ। ਅਤੇ ਬੜਾ ਦੇਖਣ ਨੂੰ ਆਨੰਦਮਈ ਸੀਗਾ ਜਿੱਦਾਂ, ਹੈ ਨਾ। ਮਤਲਬ ਆਪਾਂ ਬਹੁਤ ਪੁਰਾਣੀਆਂ ਫਿਲਮਾਂ 'ਚ ਵੀ ਦੇਖਿਆ ਜਿੱਦਾਂ ਦਲਜੀਤ ਦੇ ਗਾਣਿਆਂ 'ਚ ਦੇਖਿਆ, ਹੈ ਨਾ, ਅਤੇ ਬਹੁਤ ਘੱਟ ਲਾਈਟ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਕੋਲ ਆਲੇ ਦੁਆਲੇ ਥੋੜ੍ਹੀ ਥੋੜ੍ਹੀਆਂ ਦੀਵੇ ਦੀਆਂ ਲਾਈਟਾਂ ਹੁੰਦੀਆਂ, ਹੈ ਨਾ। ਅਤੇ ਉਹ ਬੜਾ ਵਧੀਆ ਆਨੰਦਮਈ ਮਾਹੌਲ ਸੀਗਾ। ਜਿੱਦਾਂ ਹੀ ਆਪਾਂ ਚਲੋ ਅੱਗੇ ਵਧੇ ਹਾਂ ਮੱਥਾ ਟੇਕ ਕੇ, ਆਪਾਂ ਬੈਠ ਗਏ ਹਾਂ ਪਿੱਛੇ ਬੈਕ ਸਾਈਡ 'ਤੇ, ਅਤੇ ਚਾਰੇ ਪਾਸੇ ਸਿੰਘ ਪਹਿਰਾ ਦੇ ਰਹੇ ਆ। ਮਤਲਬ ਉਹਨਾਂ ਨੇ ਪੰਡਾਲ ਦੇ ਅੰਦਰ ਬੈਕ ਸਾਈਡ 'ਤੇ ਲੰਘਣ ਨੂੰ ਰਾਹ ਰੱਖਿਆ ਸੀਗਾ, ਅਤੇ ਚਾਰੇ ਪਾਸੇ ਬੰਦੂਕਾਂ ਵਾਲੇ ਸਿੰਘ ਸੀਗੇ ਜਿਹੜੇ ਆਪਣੇ ਪਹਿਰਾ ਦੇ ਰਹੇ ਸੀਗੇ, ਅਤੇ ਟੈਂਟ ਦੇ ਬਾਹਰਲੇ ਪਾਸੇ ਵੀ ਸਿੰਘ ਪਹਿਰਾ ਦਿੰਦੇ ਪਏ ਸੀਗੇ। ਅਤੇ ਸਰੂਪ ਸਿੰਘ ਕੰਡਿਆਣਾ ਉਸ ਵੇਲੇ ਆਪਣੇ ਸੰਗਤਾਂ ਨੂੰ ਕੀਰਤਨ ਸੁਣਾ ਰਹੇ ਸੀ, ਅਤੇ ਉਹਨਾਂ ਨੇ 2 ਸ਼ਬਦ ਸੁਣਾਏ, ਅਤੇ 2 ਸ਼ਬਦਾਂ ਤੋਂ ਬਾਅਦ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਬੋਲਣਾ ਸੀ। ਅਤੇ ਜਿੱਦਾਂ ਹੀ ਆਪਾਂ ਦੇਖਿਆ ਕਿ ਮੈਂ ਦੇਖਿਆ ਪੰਡਾਲ ਦੇ ਵਿੱਚ ਵੀ ਸਾਰੇ ਬੰਦੇ ਕੋਈ ਵੀ ਕਿਸੇ ਦੇ ਵੀ ਹੱਥ 'ਚ ਮੋਬਾਈਲ ਹੀ ਨਹੀਂ ਕਿ
ਕਿਉਂਕਿ ਬਹੁਤ ਵਾਰੀ ਇਹ ਚੀਜ਼ ਮੇਰੇ ਨਾਲ ਵੀ ਹੋਈ ਆ ਮੈਂ ਵੀ ਜਦੋਂ ਕਦੇ ਗੁਰੂ ਘਰ ਜਾਂਦਾ ਤਾਂ ਕਈ ਵਾਰੀ ਕਿਸੇ ਦਾ ਮੈਸੇਜ ਆ ਜਾਂਦਾ ਤਾਂ ਆਪਾਂ ਉਹ ਮੈਸੇਜ ਕੱਢ ਕੇ ਉਹਨੂੰ ਰਿਪਲਾਈ ਕਰਨ ਲੱਗ ਪਈਦਾ ਜਾਂ ਫਿਰ ਕਈ ਵਾਰੀ ਆਪਾਂ ਕੋਈ ਸਕਰੋਲ ਕਰਨ ਲੱਗ ਪਈਦਾ ਹਨਾ ਤੇ ਏਦਾਂ ਬਹੁਤ ਸਾਰੀ ਸੰਗਤ ਕਰਦੀ ਆ ਏਦਾਂ ਮੈਨੂੰ ਇਹ ਚੀਜ਼ ਬੜੀ ਵਧੀਆ ਲੱਗੀ ਜਿਹੜੀ ਚੀਜ਼ ਮੇਨ ਸੀਗੀ ਜਿਹਦੇ ਕਰਕੇ ਮੈਂ ਇਹ ਵੀਡੀਓ ਬਣਾਉਣ ਬਾਰੇ ਸੋਚਿਆ ਕਿ ਇਹ ਚੀਜ਼ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਆ ਅਤੇ ਕੋਈ ਵੀ ਪੰਡਾਲ ਦੇ ਵਿੱਚ ਮਤਲਬ ਫੋਨ ਨਹੀਂ ਸੀ ਯੂਜ਼ ਕਰਦਾ ਪਿਆ ਹਰੇਕ ਦਾ ਧਿਆਨ ਪੰਡਾਲ 'ਚ ਹਨੇਰਾ ਸੀ ਇੱਕ ਰੌਸ਼ਨੀ ਸੀ ਜਿੱਧਰ ਪ੍ਰਕਾਸ਼ ਸੀ ਮਹਾਰਾਜ ਦਾ ਹਰੇਕ ਦਾ ਧਿਆਨ ਉੱਧਰ ਨੂੰ ਸੀਗਾ ਮਹਾਰਾਜ ਦੇ ਪ੍ਰਕਾਸ਼ ਵੱਲ ਨੂੰ ਅਤੇ ਭਾਈ ਅੰਮ੍ਰਿਤਪਾਲ ਇਸ ਤੋਂ ਬਾਅਦ ਸੰਦੀਪ ਸਿੰਘ ਕੰਡਿਆਣਾ ਨੇ ਦੋ ਸ਼ਬਦ ਬੋਲੇ ਆ ਅਤੇ ਉਸ ਤੋਂ ਬਾਅਦ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਵਾਰੀ ਆ ਗਈ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸਭ ਤੋਂ ਪਹਿਲਾਂ ਤਾਂ ਫਤਿਹ ਬੁਲਾਈ ਸਾਰੀ ਸੰਗਤ ਨੂੰ ਫਤਿਹ ਬੁਲਾ ਕੇ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਅਪੀਲ ਕੀਤੀ ਕਿ ਤੁਸੀਂ ਸਾਰੇ ਜਣੇ ਅੱਖਾਂ ਬੰਦ ਕਰਕੇ ਵਾਹਿਗੁਰੂ ਦਾ ਜਾਪ ਕਰੋ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਆਪ ਖੜ੍ਹੇ ਹੋ ਕੇ ਵਾਹਿਗੁਰੂ ਦਾ ਜਾਪ ਕਰਾਇਆ ਸੰਗਤ ਤੋਂ ਕਰੀਬ 10 ਮਿੰਟ ਅਤੇ ਉਹਨਾਂ ਨੇ ਇਹ ਕਿਹਾ ਸੀ ਕਿ ਅੱਖਾਂ ਬੰਦ ਕਰ ਲਓ ਕਿਉਂਕਿ ਅੱਖਾਂ ਖੁੱਲੀਆਂ ਰਹਿਣ ਅਤੇ ਬੰਦੇ ਦਾ ਧਿਆਨ ਕਈ ਵਾਰੀ ਇੱਧਰ ਉੱਧਰ ਜਾਂਦਾ ਰਹਿੰਦਾ ਵੀ ਅੱਖਾਂ ਬੰਦ ਰੱਖੋਗੇ ਤੁਸੀਂ ਤਾਂ ਤੁਹਾਡਾ ਧਿਆਨ ਵਧੀਆ ਲੱਗੂਗਾ ਹੈ ਨਾ ਅਤੇ ਇਹ ਵੀ ਚੀਜ਼ ਵਧੀਆ ਸੀ ਅਤੇ ਇੱਕ ਚੀਜ਼ ਹੋਰ ਬਹੁਤ ਵਧੀਆ ਸੀ ਜਿਹੜੀ ਪੰਡਾਲ ਦੇ ਵਿੱਚ ਸਿਰਫ ਮਹਾਰਾਜ ਦਾ ਸਰੂਪ ਸੀਗਾ ਜਿਹੜਾ ਕਿ ਪ੍ਰਕਾਸ਼ ਕੀਤਾ ਹੋਇਆ ਸੀਗਾ ਉੱਚੀ ਥਾਂ 'ਤੇ ਜਿੱਦਾਂ ਗੁਰੂ ਘਰ 'ਚ ਹੁੰਦਾ ਬਾਕੀ ਸਾਰੀ ਸੰਗਤ ਜਿੰਨੇ ਵੀ ਉੱਥੇ ਬਜ਼ੁਰਗ ਵੀ ਬਹੁਤ ਸੀਗੇ ਇੱਦਾਂ ਨਹੀਂ ਸੀਗਾ ਕਿ ਬਜ਼ੁਰਗ ਨਹੀਂ ਸੀਗੇ ਅਤੇ ਬਜ਼ੁਰਗ ਬਹੁਤ ਸੀ ਜਿਹੜੇ ਸਾਰੇ ਸੰਗਤ 'ਚ ਬੈਠੇ ਸੀਗੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਨਾਲ ਦੇ ਸਾਰੇ ਸਿੰਘ ਵੀ ਉੱਥੇ ਥੱਲੇ ਹੀ ਬੈਠੇ ਸੀਗੇ ਜਿੱਦਾਂ ਸੰਗਤ ਬੈਠੀ ਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਬੋਲਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਉਹਨਾਂ ਨੇ ਬਾਬਾ ਬਿਧੀ ਚੰਦ ਜੀ ਦਾ ਇਤਿਹਾਸ ਸੁਣਾਇਆ ਸੰਗਤ ਨੂੰ ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਆਪਣੀ ਸਪੀਚ ਸਟਾਰਟ ਕੀਤੀ ਕਿ ਬਹੁਤ ਸਾਰੇ ਜਿਹੜੇ ਮੇਰਾ ਵਿਰੋਧ ਕਰ ਰਹੇ ਆ ਉਹਨਾਂ ਨੂੰ ਬਸ ਇੱਕੋ ਹੀ ਕੰਮ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨਾ ਚਾਹੇ ਕੁਛ ਵੀ ਹੋ ਜਾਵੇ ਹਰ ਹਾਲਤ 'ਚ ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨਾ ਅਤੇ ਉਹ ਕਹਿੰਦੇ ਵੀ ਜੇ ਮੈਂ ਮਤਲਬ ਅੱਜ ਸਿੱਖਾਂ ਦੇ ਮੁੰਡਿਆਂ ਨੂੰ ਕਹਿ ਦੇਵਾਂ ਵੀ ਤੁਸੀਂ ਗੁੱਤਾਂ ਨਹੀਂ ਗੁੰਦਣੀਆਂ ਅਤੇ ਤੁਸੀਂ ਸਲਵਾਰਾਂ ਨਹੀਂ ਪਾਉਣੀਆਂ ਤਾਂ ਕਹਿੰਦੇ ਜਿਹੜਾ ਮੇਰਾ ਵਿਰੋਧ ਕਰਦੇ ਇਹਨਾਂ ਨੇ ਆਪਣੀਆਂ ਘਰਵਾਲੀ ਦੀਆਂ ਪਰਾਂਦੀਆਂ ਲੈ ਕੇ ਅਤੇ ਘਰਵਾਲੀ ਦੀਆਂ ਸਲਵਾਰਾਂ ਪਾ ਕੇ ਇਹਨਾਂ ਨੇ ਬਾਜ਼ਾਰਾਂ 'ਚ ਨਿਕਲਣਾ ਪਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਆਹ ਗੱਲ ਤੋਂ ਰੋਕਿਆ ਉਹ ਕੰਮ ਅਸੀਂ ਆਟਾ ਹੀ ਕਰਨਾ ਅਤੇ ਇੱਕ ਚੀਜ਼ ਹੋਰ ਜਿਹੜੀ ਬਹੁਤ ਵਧੀਆ ਸੀ ਜਿਹੜੀ ਮੈਨੂੰ ਲੱਗੀ ਕਿਉਂਕਿ ਜਦੋਂ ਆਪਾਂ ਸੋਸ਼ਲ ਮੀਡੀਆ ਤੋਂ ਦੀ ਨਜ਼ਰ ਨਾਲ ਕਿਸੇ ਨੂੰ ਦੇਖਦੇ ਹਾਂ ਨਾ ਤਾਂ ਕਈ ਵਾਰੀ ਉਹਦੇ ਖਿਲਾਫ ਝੂਠੀਆਂ ਖਬਰਾਂ ਵੀ ਮਤਲਬ ਆਪਾਂ ਨੂੰ ਸੱਚੀਆਂ ਲੱਗਣ ਲੱਗ ਪੈਂਦੀਆਂ ਇੱਕ ਹੌਬੀ ਧਾਲੀਵਾਲ ਆ ਐਕਟਰ ਆ ਉਹ ਤੁਹਾਨੂੰ ਪਤਾ ਹੋਣਾ ਸਾਰਿਆਂ ਨੂੰ ਉਹਨੇ ਕਿਹਾ ਕਿ ਉਹਨੇ ਕਿਸੇ ਮੀਡੀਆ ਦੇ ਵਿੱਚ ਬਿਆਨ ਦਿੱਤਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਉਹਨਾਂ ਦੇ ਨਾਲ ਦੇ ਸਿੰਘਾਂ ਨੂੰ ਸਰਕਾਰ ਨੇ 18 ਲਾਇਸੈਂਸ ਇਸ਼ੂ ਕੀਤੇ ਆ ਨਵੇਂ ਅਸਲੇ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਜੇ ਕੋਈ ਵੀ ਬੰਦਾ ਸਾਬਤ ਕਰ ਦੇਵੇ ਵੀ ਸਰਕਾਰ ਨੇ ਸਾਨੂੰ ਨਵੇਂ 18 ਲਾਇਸੈਂਸ ਦਾ ਕੀ ਇੱਕ ਲਾਇਸੈਂਸ ਵੀ ਸਾਨੂੰ ਨਵਾਂ ਦਿੱਤਾ ਕਿਸੇ ਸਿੰਘ ਨੂੰ ਕਹਿੰਦੇ ਮੇਰੀ ਭਾਵੇਂ ਸੰਗਤ ਦੇ ਵਿੱਚ ਧੌਣ ਵੱਢ ਦਿਓ ਅਤੇ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੱਦਾਂ ਸੋਸ਼ਲ ਮੀਡੀਆ 'ਤੇ ਕਿੱਦਾਂ ਕਿਸੇ ਨੂੰ ਬਦਨਾਮ ਕਰਨ ਲਈ ਕਿੱਦਾਂ ਇੱਕ ਨੈਰੇਟਿਵ ਚਲਾਇਆ ਜਾਂਦਾ ਕਿੱਦਾਂ ਇੱਕ ਪ੍ਰੋਪੇਗੰਡਾ ਚਲਾਇਆ ਜਾਂਦਾ ਮੈਨੂੰ ਵੀ ਜਦੋਂ ਲੱਗਾ ਸੀ ਮੈਂ ਵੀ ਜਦੋਂ ਇਹ ਚੀਜ਼ ਸੁਣੀ ਸੀ ਮੈਨੂੰ ਵੀ ਲੱਗਾ ਯਾਰ ਹਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਿਹੜਾ ਲਾਇਸੈਂਸ ਮਿਲ ਨਹੀਂ ਸਕਦਾ ਹੋ ਸਕਦਾ ਦਿੱਤੇ ਹੋਣ ਸਰਕਾਰ ਨੇ ਪਰ ਉਹਦੀ ਸੱਚਾਈ ਕੁਛ ਹੋਰ ਸੀ ਹੈ ਨਾ ਫਿਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਸਾਰੀ ਸਿੱਖ ਕੌਮ ਕਹਿੰਦੀ ਆ ਵੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਬਚਨਾਂ 'ਤੇ ਚੱਲਣਾ ਚਾਹੀਦਾ ਕਹਿੰਦੇ ਜਲੰਧਰ ਦੇ ਵਿੱਚ ਜਿਹੜੀਆਂ ਕੁਰਸੀਆਂ ਬਾਹਰ ਕੱਢ ਕੇ ਸਿੰਘਾਂ ਨੇ ਜਾਲ ਦਿੱਤੀਆਂ ਭਈ ਬਹੁਤ ਸਾਰਿਆਂ ਨੂੰ ਜਿਹੜੇ ਬੁੱਧੀਜੀਵੀ ਆ ਜਿਹੜੇ ਆਹ ਵੱਡੇ ਵੱਡੇ ਲੇਖ ਲਿਖਦੇ ਇਹਨਾਂ ਨੂੰ ਬੜੀ ਤਕਲੀਫ ਹੋਈ ਆ ਅਤੇ ਇਹ ਸਾਡਾ ਵਿਰੋਧ ਕਰ ਰਹੇ ਆ ਕਹਿੰਦੇ ਉੱਦਾਂ ਤਾਂ ਕਹਿ ਦਿੰਦੇ ਆ ਵੀ ਸੰਤਾਂ ਵਰਗਾ ਕੌਮ ਨੂੰ ਕੋਈ ਲੀਡਰ ਨਹੀਂ ਮੁੜ ਕੇ ਮਿਲਿਆ ਕਹਿੰਦੇ ਅਸੀਂ ਤਾਂ ਸੰਤਾਂ ਦੀ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਕਹਿੰਦੇ ਪਰ ਜੇ ਬਾਬਾ ਭਿੰਡਰਾਂ ਵਾਲਾ ਅੱਜ ਜਿੰਦਾ ਹੁੰਦਾ ਜਿਹਨੇ ਗੁਰੂ ਘਰ 'ਚ ਕੁਰਸੀਆਂ ਰੱਖੀਆਂ ਕਹਿੰਦੇ ਕਿਤੇ ਉਹਨੂੰ ਕੁਰਸੀ ਦੇ ਉੱਪਰ ਬਿਠਾਲ ਕੇ ਕਿਤੇ ਨਾਲੇ ਨਹੀਂ ਫੂਕ ਦੇਣਾ ਸੀ ਬਾਬੇ ਨੇ ਮਤਲਬ ਉਹਨਾਂ ਦਾ ਕਹਿਣ ਦਾ ਵੀ ਜਦੋਂ ਤੁਸੀਂ ਜਿਹੜੇ ਆਪਣੇ ਪੁਰਾਣੇ ਸਿੱਖ ਲੀਡਰ ਆ ਉਹਨਾਂ ਨੂੰ ਆਪਾਂ ਲੋਚਦੇ ਤਾਂ ਹੈਗੇ ਹਾਂ ਵੀ ਉਹ ਮੁੜ ਕੇ ਆ ਜਾਣ ਹਨਾ ਪੁੱਛ ਕੇ ਦੇਖੋ ਵੀ ਜੇ ਉਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅੱਜ ਹੁੰਦੇ ਤਾਂ ਕਹਿੰਦੇ ਉਹਨਾਂ ਨੇ ਤਾਂ ਮੁੜ ਕੇ ਕੁਰਸੀ ਦੇ ਉੱਪਰ ਬਿਠਾ ਕੇ ਉਸ ਬੰਦੇ ਨੂੰ ਅੱਗ ਲਾ ਦੇਣੀ ਸੀ ਜਿਹਨੇ ਗੁਰੂ ਘਰ ਦੇ ਵਿੱਚ ਕੁਰਸੀ ਰੱਖਣ ਦੀ ਹਰਕਤ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਕਿ ਕੁਝ ਸਿੰਘਾਂ ਨੇ ਜਲੰਧਰ ਦੇ ਵਿੱਚ ਪਤਾ ਨਹੀਂ ਕਿੱਥੇ
ਖੋਖੇ ਦੇ ਵਿੱਚੋਂ ਬੀੜੀਆਂ ਸਿਗਰਟ ਤੰਬਾਕੂ ਕੱਢ ਕੇ ਜਾਲ ਦਿੱਤੇ ਹੋਊਗੇ ਤੇ ਕਹਿੰਦੇ ਨੇ ਮੇਰੇ ਖਿਲਾਫ ਲਿਖਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਠੇਕੇ ਵੀ ਜਾ ਕੇ ਬੰਦ ਕਰਾਵੇ ਵੀ ਆਹ ਜਿਹੜੇ ਕਿਸੇ ਗਰੀਬ ਦਾ ਤੁਸੀਂ ਸਮਾਨ ਸਾੜਿਆ ਦੁਕਾਨ ਚੋਂ ਕੱਢ ਕੇ ਉਹ ਕਹਿੰਦੇ ਪਾਰ ਸਾਹਿਬ ਦੇ ਲਾਗੇ ਕਿੰਨੀ ਵਾਰੀ ਬੇਨਤੀ ਕਰ ਚੁੱਕੇ ਆ ਹਨਾ ਸਿੰਘ ਵੀ ਆਹ ਚੀਜ਼ਾਂ ਨਾ ਵੇਚੋ ਦਰਬਾਰ ਸਾਹਿਬ ਦੇ ਲਾਗੇ ਤੁਸੀਂ ਜੋ ਮਰਜ਼ੀ ਲੈ ਲਓ ਉਹ ਕਹਿੰਦੇ ਵੀ ਇਹ ਕਹਿੰਦੇ ਵੀ ਕਈਆਂ ਨੇ ਲਿਖਿਆ ਵੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸ਼ਰਾਬ ਦੇ ਠੇਕੇ ਵੀ ਬੰਦ ਕਰਾਵੇ ਕਹਿੰਦੇ ਮੈਨੂੰ ਠੇਕੇ ਸਾਨੂੰ ਅਸੀਂ ਜਿੱਦਣ ਠੇਕੇ ਬੰਦ ਕਰਾਉਣੇ ਹੋਏ ਅਸੀਂ ਤਾਂ ਕਿਰਾਏ ਹੀ ਦੇਣੇ ਆ ਪਰ ਜਿਹੜੇ ਮੇਰੇ ਖਿਲਾਫ ਸ਼ਾਮ ਨੂੰ ਦਾਰੂ ਪੀ ਕੇ ਤਿੰਨ ਤਿੰਨ ਪੇਜਾਂ ਦੇ ਲੇਖ ਲਿਖਦੇ ਆ ਕਹਿੰਦੇ ਇਹਨਾਂ ਦਾ ਔਖਾ ਹੋ ਜਾਣਾ ਕਹਿੰਦੇ ਇਹ ਇਹਨਾਂ ਨੂੰ ਦਾਰੂ ਨਹੀਂ ਮਿਲਣੀ ਇਹ ਇਹ ਆਪਣਾ ਹਿਸਾਬ ਤਾਂ ਲਾ ਲੈਣ ਤੇ ਨਾਲ ਹੀ ਉਹਨਾਂ ਨੇ ਜਿਹੜਾ ਜੀਰੇ ਦੇ ਕੋਲ ਮੋਰਚਾ ਲੱਗਾ ਹੋਇਆ ਉਸ ਮੋਰਚੇ ਦੇ ਵਿੱਚ ਸੰਗਤ ਨੂੰ ਵੱਧ ਤੋਂ ਵੱਧ ਪੁੱਜਣ ਦੀ ਅਪੀਲ ਕੀਤੀ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਬੁੱਧੀਜੀਵੀ ਹੁਣ ਉਹ ਸ਼ਰਾਬ ਦੀ ਫੈਕਟਰੀ ਬੰਦ ਕਰਾਉਣ ਬਾਰੇ ਨਹੀਂ ਲੇਖ ਲਿਖਦੇ ਪਏ ਉਹਦੇ ਬਾਰੇ ਕੋਈ ਨਹੀਂ ਲੇਖ ਲਿਖਦਾ ਪਿਆ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਵੀ ਉਦੋਂ ਸਰਕਾਰ ਦੀਆਂ ਕੱਛਾਂ 'ਚ ਜਾ ਕੇ ਬੈਠ ਜਾਂਦੇ ਆ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਸੰਗਤ ਨੂੰ ਜੀਰੇ ਜਿਹੜਾ ਮੋਰਚਾ ਲੱਗਾ ਹੋਇਆ ਉੱਥੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਅਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਦੱਸਿਆ ਉਹਨਾਂ ਨੇ ਆਪਣੇ ਕੱਲ੍ਹ ਦੇ ਪ੍ਰੋਗਰਾਮ ਦਾ ਵੀ ਦੂਸਰੇ ਦਿਨ 10 ਵਜੇ ਇੱਥੇ ਗਰਜਾ ਪਿੰਡ ਦੇ ਵਿੱਚ ਹੀ ਅਮਰ ਸੰਚਾਰ ਹੋਣਾ ਆ ਅਤੇ ਇੰਨੀਆਂ ਕੁ ਗੱਲਾਂ ਕਰਕੇ ਉਹਨਾਂ ਨੇ ਸੰਗਤ ਤੋਂ ਇੰਨੀਆਂ ਕੁ ਗੱਲਾਂ ਕਰਕੇ ਉਹਨਾਂ ਨੇ ਸੰਗਤ ਤੋਂ ਆਗਿਆ ਲੈ ਲਈ ਅਤੇ ਮੇਨ ਚੀਜ਼ ਜਿਹੜੀ ਸੀ ਸਭ ਤੋਂ ਵਧੀਆ ਗੱਲ ਕਿ ਗੁਰੂ ਘਰ ਦੇ ਅੰਦਰ ਕੋਈ ਬੰਦਾ ਫੋਨ ਨਹੀਂ ਸੀ ਯੂਜ਼ ਕਰਦਾ ਪਿਆ ਸਾਰੇ ਪਾਸੇ ਪਹਿਰੇ ਵਾਲੇ ਲੱਗੇ ਸੀਗੇ ਹੈ ਨਾ ਬੰਦੂਕਾਂ ਵਾਲੇ ਕਾਸ਼ ਕਿਤੇ ਬੰਦੂਕਾਂ ਵਾਲੇ ਜਿਹੜੇ ਪਹਿਰੇਦਾਰ ਵੀ ਦਰਬਾਰ ਸਾਹਿਬ ਦੇ ਵਿੱਚ ਵੀ ਹੁੰਦੇ ਤਾਂ ਜਿਹੜੀ ਉੱਥੇ ਬੇਅਦਬੀ ਦੀ ਘਟਨਾ ਹੋਈ ਸੀ ਜਿਹੜਾ ਇੱਕ ਬੰਦਾ ਬੈਰੀਅਰ ਟੱਪ ਗਿਆ ਸੀਗਾ ਤਾਂ ਇੱਦਾਂ ਦੀ ਘਟਨਾ ਕਦੇ ਹੋਣੀ ਨਹੀਂ ਸੀਗੀ ਹੈ ਨਾ ਜਾਂ ਫਿਰ ਜਿਹੜੀਆਂ ਉੱਥੇ ਵੀਡੀਓ ਬਣਦੀਆਂ ਆ ਟਿਕਟੋਕਾਂ 'ਤੇ ਜਿਹੜੀਆਂ ਵੀਡੀਓ ਪੈਂਦੀਆਂ ਆ ਜਿਹੜੀਆਂ ਨੱਚਣ ਵਾਲੀਆਂ ਉੱਥੇ ਜਾ ਕੇ ਨਚਾਰਪੁਣਾ ਕਰਦੀਆਂ ਆ ਇੱਦਾਂ ਦੀਆਂ ਵੀਡੀਓ ਉੱਥੇ ਨਾ ਬਣਨ ਮੈਨੂੰ ਤਾਂ ਇਹ ਚੀਜ਼ ਵਧੀਆ ਲੱਗੀ ਅਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਇਹ ਜਿਹੜਾ ਪ੍ਰਬੰਧ ਕਿੱਦਾਂ ਦਾ ਲੱਗਾ ਹਾਂ ਇੱਕ ਚੀਜ਼ ਹੋਰ ਮੈਂ ਇੱਕ ਸਿੰਘ ਨੂੰ ਪੁੱਛਿਆ ਸੀ ਮੈਂ ਕਿਹਾ ਬਾਬਾ ਜੀ ਵੀ ਹਰੇਕ ਜਗ੍ਹਾ ਜਿੱਥੇ ਦੀਵਾਨ ਹੁੰਦਾ ਉੱਥੇ ਆਹੀ ਸੈਟਅਪ ਹੁੰਦਾ ਆ ਵੀ ਬਾਹਰਲੇ ਪਾਸੇ ਲਾਈਟਾਂ ਵੀ ਅੰਦਰ ਮਹਾਰਾਜ ਦਾ ਪ੍ਰਕਾਸ਼ ਉੱਥੇ ਇੱਕ ਲਾਈਟ ਕਹਿੰਦਾ ਹਾਂਜੀ ਭਾਅ ਜੀ ਵੀ ਹਰੇਕ ਜਗ੍ਹਾ ਇਹੀ ਸੈਟਅਪ ਹੁੰਦਾ ਆ ਹੈ ਨਾ ਵੀ ਅਸੀਂ ਫੋਨ ਲੋਕਾਂ ਨੂੰ ਯੂਜ਼ ਕਰਨ ਤੋਂ ਤਾਂ ਰੋਕਦੇ ਹਾਂ ਸਿਰਫ ਗੁਰੂ ਦੇ ਸਤਿਕਾਰ ਦੇ ਲਈ ਵੀ ਜੇ ਤੁਸੀਂ ਇੱਥੇ ਆਏ ਆ ਤੁਸੀਂ ਮਹਾਰਾਜ ਦੇ ਕੋਲ 10-15-20 ਮਿੰਟ 30 ਮਿੰਟ ਹਾਜ਼ਰੀ ਭਰਨੀ ਆ ਤਾਂ ਉਸ ਵੇਲੇ ਤੁਸੀਂ ਘੱਟੋ ਘੱਟ ਆਪਣੇ ਦਿਮਾਗ ਨੂੰ ਇੱਕ ਜਗ੍ਹਾ ਇਕਾਗਰ ਰੱਖ ਕੇ ਭਰੋ ਉਸ ਟਾਈਮ ਤੁਸੀਂ ਨਾ ਆਪਣੇ ਦਿਮਾਗ ਨੂੰ ਇੱਧਰ ਉੱਧਰ ਭਟਕਾਓ ਅਤੇ ਇਹ ਸੀਗੇ ਜੀ ਖਾਲਸਾ ਵੀਰ ਬਾਰੇ ਮੇਰੇ ਵਿਊ ਅਤੇ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਅਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਖਾਲਸਾ ਵੀਰ ਦਾ ਸੰਗ ਕੀਤਾ ਕਿਤੇ ਵੀ ਜਿਨ੍ਹਾਂ ਨੇ ਦੀਵਾਨ ਸੁਣੇ ਆ ਤਾਂ ਉਹਨਾਂ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਸੋਸ਼ਲ ਮੀਡੀਆ 'ਤੇ ਇਹ ਚੀਜ਼ ਲਿਖੋ ਜਿਹੜੀ ਚੀਜ਼ ਤੁਹਾਨੂੰ ਖਾਲਸਾ ਵੀਰ ਦੇ ਵਿੱਚੋਂ ਚੰਗੀ ਦਿਲ ਲੱਗਦੀ ਆ ਅਤੇ ਆਪਣੇ ਐਕਸਪੀਰੀਅੰਸ ਜ਼ਰੂਰ ਸਾਰੀ ਸੰਗਤ ਨਾਲ ਸ਼ੇਅਰ ਕਰੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ।